ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਸੁਖਪਾਲ ਸਿੰਘ ਖਹਿਰਾ ਧੜਾ ਅਤੇ ਕੇਜਰੀਵਾਲ ਧੜਾ ਆਪਸ ਵਿੱਚ ਹੀ ਹੋ ਗਏ ਤੂੰ ਤੂੰ ਮੈਂ ਮੈਂ। ਦਰਅਸਲ ਗੱਲ ਹੋਈ ਕਿ ਰੋਜ਼ ਗਾਰਡਨ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਜਿੱਥੇ ਕਿ ਗਿਲੇ ਸ਼ਿਕਵਿਆਂ ਨੂੰ ਖਤਮ ਕਰਨ ਵਾਸਤੇ ਇਹ ਸ਼ਾਇਦ ਇੱਕ ਮੀਟਿੰਗ ਸੀਗੀ, ਲੇਕਿਨ ਉਸ ਮੀਟਿੰਗ ਦੇ ਵਿੱਚ ਵਰਕਰ ਆਪਣੇ ਤੋਂ ਬਾਹਰ ਹੋ ਗਏ ਔਰ ਉਹ ਇੱਕ ਦੂਜੇ 'ਤੇ ਬਿਆਨਬਾਜ਼ੀ ਕਰਨ ਲੱਗ ਪਏ। ਪਹਿਲਾਂ ਵੇਖੋ ਉਹ ਤਸਵੀਰਾਂ ਜਿਸ ਦੇ ਵਿੱਚ ਉਹ ਆਪਸ ਵਿੱਚ ਹੀ ਤੂੰ ਤੂੰ ਮੈਂ ਕਰ ਰਹੇ ਨੇ ਔਰ ਉਸ ਤੋਂ ਬਾਅਦ ਇਸ ਸਾਰੇ ਮੁੱਦੇ 'ਤੇ ਬੋਲਦੇ ਹੋਇਆਂ ਬੀਬੀ ਮਹਿੰਦਰ ਕੌਰ ਜੀ ਨੇ ਕੀ ਕਿਹਾ, ਸੁਣੋ ਤੁਸੀਂ ਵੀ। ਹੁਣ ਵਲੰਟੀਅਰ ਦੇ ਤੌਰ ਤੇ ਕੰਮ ਕਰਦੇ ਹਾਂ ਤੇ ਅਸੀਂ ਅੱਜ ਆਮ ਆਦਮੀ ਪਾਰਟੀ ਦੀ ਮੀਟਿੰਗ ਅਟੈਂਡ ਕਰਨ ਆਏ ਸੀ, ਜਿਸ ਦੇ ਵਿੱਚ ਮੈਂ 2012 ਤੋਂ ਕੰਮ ਕੀਤਾ ਪਾਰਟੀ ਦੇ ਵਿੱਚ, ਸਭ ਨੂੰ ਪਤਾ ਹੈਗਾ। ਕੁਛ ਬੰਦੇ 2016 ਚੋਂ ਚੱਲੇ ਸੀ, ਕੁਛ ਬੰਦੇ 2017 ਚ ਟਿਕਟ ਦੀ ਭੁੱਖ ਨਾਲ ਜਿਹੜੇ ਆਏ ਸੀਗੇ, ਅੱਜ ਉਹਨਾਂ ਨੇ ਆ ਕੇ ਇੱਥੇ ਅਸੀਂ ਫਸੀ ਆਏ ਸੀ ਇੱਕ ਮਕਸਦ ਨਾਲ ਕਿ ਵੀ ਇੱਥੇ ਮਤਾ ਪਾਸ ਕਰਾਂਗੇ ਵੀ ਚਲੋ ਦੋਨੇ ਧਿਰਾਂ ਇੱਕ ਹੋ ਜਾਣ, ਸਾਡੀ ਪਾਰਟੀ ਇੱਕ ਹੋ ਜੇ ਅਤੇ ਪੰਜਾਬ ਵਾਸਤੇ ਅਸੀਂ ਚੰਗਾ ਕੰਮ ਕਰੀਏ। ਪਰ ਜਿਹੜੇ ਅਹੁਦਿਆਂ ਦੀ ਭੁੱਖ ਵਾਲੇ ਬੰਦੇ ਸੀ ਅਤੇ ਟਿਕਟਾਂ ਵਾਸਤੇ 2016-17 'ਚ ਆਏ ਸੀ, ਅੱਜ ਉਹਨਾਂ ਨੇ ਸਾਡੇ ਇਸ ਗੱਲ 'ਤੇ ਵਿਰੋਧ ਕੀਤਾ ਕਿ ਤੁਸੀਂ ਇਹ ਕਿਉਂ ਕਹਿੰਦੇ ਹੋਗੇ ਵੀ ਅਸੀਂ ਇੱਕ ਹੋ ਜਾਈਏ। ਅਤੇ ਸਾਡੇ ਨਾਲ ਇੱਥੇ ਜਿੰਨਾ ਵੀ ਸੀਗਾ ਸਾਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ, ਕਿਉਂਕਿ ਅਸੀਂ ਇਹੀ ਕਹਿਣਾ ਸੀਗਾ ਵੀ ਆਪਾਂ ਸਾਰੇ ਜਿੰਨੇ ਹੈਗੇ ਰਲ ਕੇ ਇੱਕ ਹੋਈਏ, ਪਰ ਸਾਨੂੰ ਬੋਲਣ ਦਾ ਟਾਈਮ ਨਹੀਂ ਦਿੱਤਾ। ਬਿਲਕੁਲ ਜੀ, ਇਹਨਾਂ ਨੂੰ ਸਾਂਝ ਪੈਦਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਲੜਾਈ ਝਗੜੇ ਬਹੁਤ ਹੋ ਗਏ ਔਰ ਪਾਰਟੀ ਦੀ ਜੇ ਆਪਾਂ ਗੱਲ ਕਰੀਏ ਤਾਂ ਆਪ ਦਾ ਜੋ ਆਧਾਰ ਹੈ ਉਹ ਵੀ ਮਤਲਬ ਖਤਮ ਹੁੰਦਾ ਜਾ ਰਿਹਾ, ਇਹਨਾਂ ਦੀਆਂ ਆਪਸੀ ਰੰਜਿਸ਼ਾਂ ਕਰਕੇ, ਆਪਸੀ ਇਹਨਾਂ ਦੇ 'ਚ ਤਾਲਮੇਲ ਨਾ ਹੋਣ ਕਰਕੇ ਵਰਕਰਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ, ਉਹਨਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਆਪ ਦੇ ਵਰਕਰਾਂ ਨੇ ਦੂਜੀਆਂ ਪਾਰਟੀਆਂ ਦੇ ਨਾਲ ਮਤਲਬ ਦੁਸ਼ਮਣੀ ਲੈਣ ਤੋਂ ਬਾਅਦ ਹੀ ਇਹ ਜੁਆਇਨ ਕੀਤੀ ਸੀ, ਲੇਕਿਨ ਹੁਣ ਉਹਨਾਂ ਨੂੰ ਮੂੰਹ ਤੋੜ ਵਿਰੋਧੀ ਜਵਾਬ ਦੇ ਰਹੇ ਨੇ। ਪ੍ਰੋਗਰਾਮ ਦੇ ਅੰਤ 'ਚ ਕਮੈਂਟ ਕਰਿਆ ਕਰੋ, ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਜੇਕਰ ਤੁਹਾਡੇ ਕੋਲ ਵੀ ਕੋਈ ਖਬਰ ਹੈ, ਉਸਦੀ ਜਾਣਕਾਰੀ ਹੈ ਤਾਂ ਤੁਸੀਂ ਸਾਨੂੰ ਮੇਲ ਕਰੋ avanlivepunjab@gmail.com। ਜੇ ਸੰਪਰਕ ਕਰਨਾ ਚਾਹੁੰਦੇ ਹੋ 6288 3739 'ਤੇ ਕਰ ਸਕਦੇ ਹੋ। ਏਵਨ ਪੰਜਾਬੀ ਤਾਂ ਏਵਨ ਨਿਊਜ਼ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।